हाँ जी, की हाल चाल है जी? थोड़ा सारा मैं जिदा तुम दसिया सीगा, अज हैगा वा बर्थडे नीतू दा। सो आपां जाना हुण केक लैण, उहनूं दस्या नहीं हैगा, सरप्राइज आ रात नूं। ते बाकी जे किते घूमण गए ते तुहानूं दस्सिया सीगा नाल लै के चलांगे। इक जगह तां तुहानूं दस्सिया, इक जगह हैगी आ खास आ, उत्थे तां जाणा ही जाणा वा। ते बाकी घूमण फिरन किते जांदे आ तां उह वी तुहानूं दस्सूंगा। ते हुण आपां चलदे आ केक लैण वास्ते। ਹਾਂਜੀ, ਕੇਕ ਲੈ ਲਿਆ ਆਪਾਂ। ਅਤੇ ਹੁਣ ਆਪਾਂ ਚੱਲਦੇ ਹਾਂ ਘਰੇ, ਥੋੜ੍ਹਾ ਜਿਹਾ ਛੁਪਾ ਕੇ ਰੱਖਣਾ ਪੈਣਾ, ਅਸੀਂ ਤਾਂ ਦੇਖ ਲੈਣਾ ਉਹਨੇ, ਸਰਪ੍ਰਾਈਜ਼ ਦੇਵਾਂਗੇ ਸ਼ਾਮ ਨੂੰ। ਅਤੇ ਬਾਕੀ ਜਿੱਥੇ ਜਾਣਾ ਵਾ ਤੁਹਾਨੂੰ ਨਾਲ ਲੈ ਕੇ ਚੱਲਾਂਗੇ, ਦਿਖਾਵਾਂਗੇ ਉਹ ਵੀ। ਚਲੋ ਬੰਦ ਕਰਦੇ, ਚਲੋ ਕੇਕ ਕੱਟੇ ਕੇਕ। चलो जी, हैप्पी टू यू करें। मैं सिर्फ फ्री एस दिया, ठीक है? टू जू टू थ्री क्लैप। रानी किसका बर्थडे है? मेरा। मम्मी का? रोनित का बर्थडे। रोनित बस साल में चार बार पैदा होता है, सबका बर्थडे इसने मनाना था। ਵੱਧ ਗਿਆ ਪਾਈਆ ਵਜਨ। ਤੂੰ ਇਹ ਚਿਹਰੀਆਂ ਤੇ ਜ਼ੋਰ ਆ ਤੇਰਾ। ਇੱਕ ਮੇਕਅਪ ਵਾਲਾ ਹੀ ਮੇਕਅਪ ਵਾਲੇ ਦਾ ਦਰਦ ਸਮਝਦਾ, ਲੋਕ ਨਾ ਡਰ ਜਾਣ ਬਾਹਰ ਜਾਣਾ ਘੁੰਮਣ ਵਾਸਤੇ, ਇਸ ਕਰਕੇ ਮੇਕਅਪ ਨੂੰ ਮੱਦੇ ਨਜ਼ਰ ਰੱਖਦੇ ਹੋਏ ਕੇਕ ਸਾਫ ਕੀਤਾ ਜਾ ਰਿਹਾ। ਰੋਜ਼ ਵੀਰੇ 7 ਤੋਂ 9 ਹੁੰਦੇ ਆ ਜੀ, ਆਲ ਟਾਈਮ 7889168849 ਨੰਬਰ ਆ ਸਾਡਾ, ਕਾਰ ਮੈਂ ਤੋਂ ਆ ਗਿਆ। ਹਾਂ ਹਾਂ ਰੋਨੀ ਜਿਹੜਾ ਜਿਵੇਂ ਤੁਹਾਡਾ ਜਨਮ ਦਿਨ ਆ ਜਾਂ ਕੁਛ ਉਹ ਵੀ ਇੱਦਾਂ ਦਾ ਹੈਗਾ ਵਾ ਤੁਹਾਡੇ ਲਈ ਖਾਸ ਦਿਨ, ਉਸ ਦਿਨ ਆ ਕੇ ਤੁਸੀਂ ਕਿਸੇ ਦੀ ਮਦਦ ਕਰ ਦੋ, ਕਿਸੇ ਦੀ ਹਰਮਨੀ ਔਕਾਤ ਤਾਂ ਉਸ ਹਿਸਾਬ ਨਾਲ ਆਪਾਂ ਮਦਦ ਕਰਨ ਵਾਸਤੇ ਆਏ ਹਾਂ। ਕਿ ਜਿੱਦਾਂ ਤੁਹਾਡਾ ਵੀ ਜੇ ਕੋਈ ਖਾਸ ਦਿਨ ਆਉਂਦਾ ਤਾਂ ਤੁਸੀਂ ਵੀ ਆ ਕੇ ਇਹਨਾਂ ਨੂੰ ਹੈਲਪ ਕਰ ਸਕਦੇ ਹੋ, ਡੋਨੇਸ਼ਨ ਦੇ ਸਕਦੇ ਹੋ। ਕੀ ਹੋ ਜਾਣਾ ਦੱਸੋ, ਇਹਨਾਂ ਦੇ ਪਰਿਵਾਰ 'ਚ ਕੌਣ ਕੌਣ ਆ? ਇਕੱਲੇ ਹੀ ਹੈ ਜੀ। ਦੱਸੋ ਕੀ ਹੈਲਪ ਚਾਹੀਦੀ ਇਹਨਾਂ ਨੂੰ? ਇਹਨਾਂ ਨੂੰ ਮਤਲਬ ਕਿ ਦਿੱਕਤ ਹੁੰਦੀ ਆ, ਮੈਨੇ ਔਰ ਪੈਰ ਟੁੱਟੇ। ਫਿਰ ਹੁਣ ਜੇ ਅਸੀਂ ਇਹਨਾਂ ਨੂੰ ਇਲਾਜ ਕਰਾਉਣ ਭੇਜਦੇ ਹਾਂ, ਕੌਣ ਜਾਏਗਾ ਨਾਲ? ਨਾਲ ਨਹੀਂ ਜਾਏਗਾ। ਕਿੱਥੋਂ ਇਲਾਜ ਚੱਲ ਰਿਹਾ ਵੈਸੇ? ਇਹਨਾਂ ਨੂੰ ਪਤਾ ਹੀ ਹੈ ਕਿੱਥੋਂ ਕਰਾਉਣੇ ਅੰਕਲ ਜੀ? ਕਿਹਨਾਂ ਨੂੰ ਕੋਈ ਹੈ ਹੀ ਨਹੀਂ ਇਲਾਜ ਕਰਨ। ਹੁਣ ਕੀ ਮਤਲਬ ਕੀ ਚਾਹੀਦਾ ਹੁਣ, ਦਿੱਕਤ ਕੀ ਹੁਣ? ਹੁਣ ਮੇਰਾ ਆਪਰੇਸ਼ਨ। ਹਾਂਜੀ ਆਪਰੇਸ਼ਨ। ਆਪਰੇਸ਼ਨ ਹੋਣਾ ਬਾਥਰੂਮ ਵਾਲੀ ਪਾਈਪ, ਬਾਥਰੂਮ ਦੀ ਜਗ੍ਹਾ ਲੱਗਣੀ। ਚਲੋ ਮੈਂ ਡਾਕਟਰ ਦਾ ਕਾਰਡ ਬਣਾ ਕੇ ਦਿੰਦਾ, ਚੈੱਕਅਪ ਕਰਾਓ ਸਵੇਰੇ ਅਤੇ ਚੈੱਕ ਕਰਾ ਕੇ ਸਾਰਾ ਸਮਝੋ ਕੀ ਦਿੱਕਤ ਹੈ, ਮੈਨੂੰ ਦੱਸੋ, ਠੀਕ ਹੈ? ਇੱਧਰ ਲਓ ਜੀ। ਹੁਣੇ ਤੁਸੀਂ ਦੇਖਿਆ ਆਪਾਂ ਜਾ ਕੇ ਆਏ ਹਾਂ ਅਨਮੋਲ ਕੋਲ। ਜਿਹੜਾ ਤਾਂ ਮੇਨ ਕਾਰਨ ਸੀਗਾ ਦੱਸਣ ਦਾ ਇਹੀ ਸੀਗਾ ਕਿ ਜੇ ਕੋਈ ਖਾਸ ਦਿਨ ਹੈਗਾ ਜਿੱਦਾਂ ਮੈਡਮ ਦਾ ਬਰਥਡੇ ਆ, ਠੀਕ ਆ। ਸੋ ਮੈਨੂੰ ਵੀ ਵਧੀਆ ਲੱਗਿਆ ਇਹਦੇ ਜੇ ਡੋਨੇਸ਼ਨ ਦੇ ਕੇ ਆਉਂਦੇ ਹਾਂ, ਜਿਵੇਂ ਕੋਈ ਲੋੜਵੰਦ ਹੁੰਦਾ ਵਾ, ਪੈਸੇ ਦੀ ਲੋੜ ਜ਼ਿਆਦਾ ਵਾ। ਸੋ ਜਿਹਨੂੰ ਪੈਸੇ ਦੀ ਲੋੜ ਜ਼ਿਆਦਾ ਵਾ ਅਤੇ ਉਹਨੂੰ ਹੈਲਪ ਹੋ ਜਾਂਦੀ ਆ। ਅਤੇ ਕਿੰਨੀ ਕੀਤੀ ਆ, ਜਿੰਨੀ ਆਪਾਂ ਆਪਣੀ ਔਕਾਤ ਸੀਗੀ ਆਪਾਂ ਉਸ ਹਿਸਾਬ ਨਾਲ ਕਰਦੀ ਆ। ਉੱਥੇ ਦੇਖ ਕੇ ਨਾ ਮਤਲਬ ਜਿਹੜੇ ਜਿਹੜੇ ਲੋਕ ਸੀਗੇ ਬੈਠੇ ਉੱਥੇ, ਜਿਹੜੇ ਹੈਲਪ ਲੈਣ ਆਏ ਹੋਏ
ਸੀਗੇ ਉਹਨਾਂ ਨੂੰ ਦੇਖ ਕੇ ਨਾ ਐਂ ਲੱਗਦਾ ਸੀ ਕਿ ਹੋਰ ਪੈਸਾ ਹੋਵੇ ਤਾਂ ਹੋਰ ਦੇ ਸਕਦੇ ਹਾਂ ਆਪਾਂ ਸੋ ਜੇ ਕਿਸੇ ਨੇ ਕਰਨੀ ਹੋਵੇ ਤਾਂ ਹੈਲਪ ਉਹ ਜਾ ਸਕਦਾ ਉੱਥੇ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਪਾ ਦੂੰਗਾ 9 ਗੁਰੂ ਨਾਨਕ ਚੈਰੀਟੇਬਲ ਹੋਸਪਿਟਲ ਮਾਡਲ ਟਾਊਨ ਅਤੇ ਇੱਥੇ ਉਹ ਹੁੰਦਾ ਸਵੇਰੇ ਸ਼ਾਮ ਨੂੰ 7 ਤੋਂ ਲੈ ਕੇ 8-9 ਵਜੇ ਤੱਕ ਹੁੰਦਾ ਅਤੇ ਜੇ ਤੁਸੀਂ ਹੈਲਪ ਲੈਣੀ ਹੈ ਜਾਂ ਦੇਣੀ ਹੈ ਤੁਸੀਂ ਜਾ ਸਕਦੇ ਉਹਦੇ ਕੋਲ ਵਧੀਆ ਲੱਗਿਆ ਸਿੱਧੀ ਗੱਲ ਕਰਦਾ ਜੇ ਤੁਸੀਂ ਮਤਲਬ ਬਹੁਤ ਹਾਈ ਕਲਾਸ ਤੁਸੀਂ ਇਲਾਜ ਕਰਨਾ ਤਾਂ ਉਹ ਨਹੀਂ ਹੁੰਦਾ ਹੈਗਾ ਉੱਥੇ ਜਿੰਨਾ ਕੁ ਤੁਹਾਡੇ ਮਤਲਬ ਅਗਰ 50,000 ਦੀ ਹੈਲਪ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਕਰ ਦੀਏ ਦੀਪ ਹੋਸਪਿਟਲ ਵਰਗੇ ਦੇ ਵਿੱਚ ਤੁਸੀਂ ਲੱਗੇ ਆਪਣਾ ਪੇਸ਼ੈਂਟ ਰੱਖਿਆ ਹੋਇਆ ਵਾ ਤਾਂ ਉਹ ਨਹੀਂ ਕਰੂੰਗਾ ਸਿੱਧੇ ਹੀ ਤੁਹਾਨੂੰ ਜਵਾਬ ਦੇਊਗਾ ਉਹ ਕਹਿ ਰਿਹਾ ਕਿਸੇ ਸਰਕਾਰੀ ਤੋਂ ਕਰਾ ਲਓ ਉੱਥੇ ਉਹ ਹੈਲਪ ਕਰ ਦੂਗਾ ਜਾਂ PGI ਕਰਾ ਲਓ ਉੱਥੇ ਹੈਲਪ ਕਰ ਦੂਗਾ 50,000 'ਚ 5 ਪੇਸ਼ੈਂਟਸ ਦੀ ਹੈਲਪ ਹੋ ਜਾਣੀ ਹੈ ਬਟ ਤੁਸੀਂ ਕਹਿੰਦੇ ਹੋ ਕਿ ਨਹੀਂ ਅਸੀਂ ਤਾਂ 50,000 ਉਹ ਨਹੀਂ ਕਰਦਾ ਜਿਹੜਾ ਵੀ ਪ੍ਰਾਈਵੇਟ ਹੋਸਪਿਟਲ ਹੋਊਗਾ ਉੱਥੇ ਨਹੀਂ ਸਰਕਾਰੀ ਸਕੂਲ ਸਰਕਾਰੀ ਹੋਸਪਿਟਲਸ ਦੇ ਵਿੱਚ ਤੁਹਾਡੀ ਹੈਲਪ ਹੋ ਸਕਦੀ ਆ ਤੁਸੀਂ ਜਾ ਸਕਦੇ ਹੋ ਆਪਣੀਆਂ ਦਵਾਈਆਂ ਦਾ ਖਰਚਾ ਜਾਂ ਹੋਰ ਕੋਈ ਇੱਦਾਂ ਦੇ ਐਕਸਪੈਂਸ ਹੁੰਦੇ ਜਿਹੜੇ ਡਾਕਟਰ ਨੂੰ ਦੇਣੇ ਆ ਉਹ ਹੈਲਪ ਕਰ ਦਿੰਦਾ ਉਹ ਤੁਸੀਂ ਜਾ ਸਕਦੇ ਹੋ ਉੱਥੇ ਆਈ ਸੀਗੀ ਆਈ ਸੀ ਵੀਡੀਓ ਜੇ ਇਹ ਵਾਲੀ ਅੱਗੇ ਮੈਂ ਤੁਹਾਨੂੰ ਕਹਿੰਦਾ ਨਹੀਂ ਹੈਗਾ ਸ਼ੇਅਰ ਕਰ ਦਿਓ ਪਰ ਆਹ ਵਾਲੀ ਵੀਡੀਓ ਤੁਸੀਂ ਜ਼ਰੂਰ ਸ਼ੇਅਰ ਕਰ ਦਿਓ ਲਾਈਕ ਕਮੈਂਟ ਤੁਹਾਡੀ ਮਰਜ਼ੀ ਆ ਸ਼ੇਅਰ ਜ਼ਰੂਰ ਕਰ ਦਿਓ ਕਿਸੇ ਦੀ ਹੈਲਪ ਹੋ ਜਾਵੇਗੀ